ਅਸਲਾਮ ਵਾਲੇਕੁਮ ਦੋਸਤੋ, ਮੈਂ ਆਮਿਰ ਯਾਕੂਬ ਔਰ ਤੁਸੀਂ ਵੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਫਾਰਮਿੰਗ ਵਿਦ ਆਮਿਰ ਯਾਕੂਬ। ਦੋਸਤੋ, ਅੱਜ ਅਸੀਂ ਗੱਲ ਕਰਨ ਦੇ ਮੁੰਜੀ ਦੀ ਬਿਮਾਰੀਆਂ ਦੇ ਹਵਾਲੇ ਨਾਲ। ਔਰ ਸਭ ਤੋਂ ਪਹਿਲੇ ਮੇਰੀ ਸਭ ਦੋਸਤਾਂ ਅੱਗੇ ਰਿਕੁਐਸਟ ਕਿ ਸਾਡੇ ਯੂਟਿਊਬ ਚੈਨਲ ਫਾਰਮਿੰਗ ਵਿਦ ਆਮਿਰ ਯਾਕੂਬ ਨੂੰ ਸਬਸਕ੍ਰਾਈਬ ਕਰ ਦਿਓ, ਔਰ ਦੋਸਤੋ ਨਾਲ ਬਣੇ ਘੰਟੀ ਦੇ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲ ਸਕੇ। ਦੋਸਤੋ, ਵੀਡੀਓ ਵੇਖਣ ਤੋਂ ਬਾਅਦ ਅੱਗੇ ਸ਼ੇਅਰ ਕਰ ਦਿੱਤਾ ਕਰੋ ਤਾਂ ਕਿ ਜਿਹੜੇ ਦੋਸਤ ਸਾਡੇ ਫਾਰਮਿੰਗ ਦਾ ਸ਼ੌਕ ਰੱਖਦੇ ਨੇ ਉਹਨਾਂ ਤੱਕ ਇਹ ਸਾਰੀ ਮਾਲੂਮਾਤ ਜਾ ਸਕਣ। ਦੋਸਤੋ, ਅੱਜ ਜਿਹੜੇ ਖੇਤ 'ਚ ਮੌਜੂਦ ਹਾਂ, ਇਹ ਸੁਪਰ ਫਾਈਨ ਮੁੰਜੀ ਲੱਗੀ ਹੈ ਔਰ ਇਸ ਮੁੰਜੀ ਦੀ ਉਮਰ ਹੈ ਤਕਰੀਬਨ 20 ਦਿਨ। ਇਹਦੇ ਵਿੱਚ ਅੱਗੇ ਥੱਲੇ DAP ਦੀ ਬੋਰੀ ਪਈ ਹੈ ਫੀ ਏਕੜ, ਔਰ ਨਾਲ ਇੱਕ ਇੱਕ ਬੋਰੀ ਯੂਰੀਏ ਦੀ ਪਈ ਹੈ। ਇਹ 20 ਦਿਨ ਦੀ ਪੋਜੀਸ਼ਨ ਹੈ ਇਸ ਮੁੰਜੀ ਦੀ। ਅੱਜ ਜਿਹੜੇ ਟੌਪਿਕ 'ਤੇ ਅਸਾਂ ਗੱਲ ਕਰਨੀ ਹੈ ਉਹ ਇਹ ਵੇ ਕਿ ਅਗਰ ਕੈਮਰਾ ਮੇਰਾ ਤੁਹਾਨੂੰ ਵਿਖਾਏ ਤਾਂ ਇਹ ਇਹਦੇ ਪੱਤੇ ਜ਼ੰਗ ਆਲੂਦ ਹੋਏ ਨੇ, ਇਹਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਗਏ ਨੇ। ਕੋਈ ਸਾਡੇ ਫਾਰਮਰ ਦੋਸਤ ਯੂਰੀਆ ਪਾ ਕੇ ਸੈਟਿਸਫਾਈ ਹੋ ਜਾਂਦੇ ਨੇ ਕਿ ਹੁਣ ਸਾਡੀ ਮੁੰਜੀ ਕਾਲੀ ਹੋ ਜਾਣੀ ਹੈ, ਹੁਣ ਸਾਡੀ ਮੁੰਜੀ ਸਬਜ਼ ਹੋ ਜਾਣੀ। ਇਹ ਬਿਲਕੁਲ ਗਲਤ ਹੈ। ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਵਿਖਾਈ ਹੈ, ਇਹ ਜਿਹੜਾ ਪੱਤਾ ਜ਼ੰਗ ਆਲੂਦ ਹੋਇਆ ਹੈ, ਇਹ ਬੇਸਿਕਲੀ ਜ਼ਿੰਕ ਦੀ ਕਮੀ ਹੈ। ਇਸ ਪੋਜੀਸ਼ਨ ਉੱਤੇ ਹੁਣ ਇਸ ਨੂੰ ਜ਼ਿੰਕ ਦੀ ਅਸ਼ੱਦ ਜ਼ਰੂਰਤ ਹੈ, ਕਿਉਂਕਿ ਤੁਹਾਨੂੰ ਪਤਾ ਇਹਦੀ ਏਜ ਘੱਟ ਹੁੰਦੀ ਹੈ ਇਸ ਮੁੰਜੀ ਦੀ। ਇਹਦੀ 90 ਦਿਨ ਦੀ ਲਾਈਫ ਹੈ ਔਰ 90 ਦਿਨ ਸਟਾਰਟ ਵਿੱਚ ਹੀ ਇਹਦੇ ਫਰਟੀਲਾਈਜ਼ਰ ਪਲਾਨ ਨੂੰ ਵੀ ਪੂਰਾ ਕਰਨਾ ਹੁੰਦਾ ਔਰ ਇਹਦੀ ਗਰੋਥ ਨੂੰ ਵੀ ਵੇਖਣਾ ਹੁੰਦਾ। 20 ਦਿਨ ਦੀ ਮਾਸ਼ਾਅੱਲਾ ਅੱਛਾ ਬੂਟਾ ਬਣਾਇਆ ਮੁੰਜੀ ਨੇ, ਤਕਰੀਬਨ 10-10, 12-12 ਤੀਲੇ ਬਣਾ ਗਈ ਹੈ। ਅਤੇ ਇਸ ਤੋਂ ਬਾਅਦ ਹੁਣ ਪਲੈਨ ਹੈ ਕਿ ਇਹਦੇ ਵਿੱਚ ਜ਼ਿੰਕ ਪਾਈ ਜਾਏ, ਨਾਲ ਯੂਰੀਆ ਦਿੱਤਾ ਜਾਏ ਇਸਨੂੰ, ਔਰ ਨਾਲ ਹੀ ਸਲਫਰ 2-2 ਕਿਲੋ, ਜ਼ਿੰਕ 21% ਜਾਂ 33%, ਉਹ 2-2 ਪੈਕਟ ਜ਼ਿੰਕ ਦੇ ਹੋਣ ਇਸਨੂੰ ਫੀ ਏਕੜ, 2-2 ਕਿਲੋ ਸਲਫਰ ਹੋਵੇ ਔਰ ਨਾਲ 1-1 ਬੋਰੀ ਯੂਰੀਆ ਦੀ ਹੋਵੇ। ਉਹਦੇ ਨਾਲ ਇਹ ਹੋਣਾ ਕਿ ਇਹਦੀ ਗਰੋਥ ਵੀ ਅੱਛੀ ਹੋਣੀ ਹੈ, ਇਹਦਾ ਰੰਗ ਵੀ ਅੱਛਾ ਹੋਣਾ ਔਰ ਇਹਦੇ ਸ਼ਗੂਫੇ ਵੀ ਵਧਣੇ। ਦੋਸਤੋ, ਮੈਂ ਕਿਉਂਕਿ ਮੰਡੀ ਬਹਾਉਦੀਨ ਤੋਂ ਹਾਂ ਅਤੇ ਸਾਡਾ ਇਲਾਕਾ ਰਾਈਸ ਜ਼ੋਨ ਹੈ, ਬਹੁਤ ਜ਼ਿਆਦਾ ਮੁੰਜੀ ਦੀ ਪੈਦਾਵਾਰ ਹੁੰਦੀ ਹੈ। ਤੁਸੀਂ ਜਿਹੜੇ ਪਾਸੇ ਵੀ ਨਜ਼ਰ ਦੌੜਾਓਗੇ ਤੁਹਾਨੂੰ ਮੁੰਜੀ ਨਜ਼ਰ ਆਏਗੀ। ਇਹ ਹੁਣ ਇਹ ਸੁਪਰ ਮੁੰਜੀ ਵਾਸਤੇ ਜਗ੍ਹਾ ਸਾਡੇ ਕੋਲ ਪਈ ਹੈ, ਇਹ ਸੁਪਰ ਫਾਈਨ ਕਾਸ਼ਟ ਹੋਈ ਹੈ ਇਹਦੇ। ਅਤੇ ਇੱਥੇ ਲੋਕਾਂ ਦਾ, ਸਾਡੇ ਦੋਸਤਾਂ ਦਾ, ਫਾਰਮਰ ਦੋਸਤਾਂ ਦਾ ਹੈਵੀ ਐਕਸਪੀਰੀਅੰਸ ਹੈ ਮੁੰਜੀ ਦੇ ਹਵਾਲੇ ਨਾਲ। ਇਹਦੇ ਵਿੱਚ ਸਟਾਰਟ ਤੋਂ ਅਗਰ ਗੱਲ ਕਰੀਏ ਤਾਂ ਕੱਦੂ ਕਰਨ ਤੋਂ ਬਾਅਦ ਜਿਵੇਂ ਕੋਈ ਦੋਸਤ ਗਦਾਲ ਆਉਂਦੇ ਨੇ ਸਾਡੀ ਲੈਂਗੁਏਜ 'ਚ, ਸਾਡੇ ਇਲਾਕੇ 'ਚ ਕੋਈ ਕੱਦੂ ਆਉਂਦੇ ਨੇ, ਕੱਦੂ ਕਰਨ ਤੋਂ ਬਾਅਦ ਜਾਂ ਗਦਾਲ ਕਰਨ ਤੋਂ ਬਾਅਦ ਮੁੰਜੀ ਲੱਗੀ, ਉਹਦੇ ਤੋਂ ਬਾਅਦ ਫਿਰ ਇਹਦੇ ਥੱਲੇ ਗੰਦ ਵਾਲੀ ਦਵਾਈ ਪਾਈ ਦੀ ਹੈ ਮੁੰਜੀ ਲੱਗਣ ਤੋਂ ਫੌਰਨ ਬਾਅਦ, ਜਿਹਦੇ ਵਿੱਚ ਬਿਊਟਾਕਲੋਰ ਵਗੈਰਾ ਜਾਂ ਰਿਫਟ ਆ ਜਾਂਦੀ ਹੈ। ਅਗਰ ਕੋਈ ਇਲਾਕੇ ਐਸੇ ਨੇ, ਕੋਈ ਖੇਤ ਐਸੇ ਨੇ ਜਿਨ੍ਹਾਂ ਵਿੱਚ ਡੀਲਾ ਬਹੁਤ ਜ਼ਿਆਦਾ ਹੋ ਜਾਂਦਾ, ਅਤੇ ਉਹਦੇ ਵਿੱਚ ਫਿਰ ਥੱਲੇ ਹੀ ਬਾਹਰ ਦੀ ਸਨਸਟਾਰ ਪਾ ਲਈ ਦੀ ਹੈ ਨਾਲ ਹੀ, ਉਹਦੇ ਨਾਲ ਡੀਲਾ ਕੰਟਰੋਲ ਹੋ ਜਾਂਦਾ, ਡੀਲਾ ਜੰਮਦਾ ਹੀ ਨਹੀਂ ਹੈ। ਉਸ ਤੋਂ ਬਾਅਦ ਫਿਰ ਮੁੰਜੀ ਜਦੋਂ ਖਲੋ ਜਾਂਦੀ ਹੈ
ਕੋਈ 7-8 ਦਿਨ ਦੀ ਹੋ ਜਾਂਦੀ ਹੈ, 10 ਦਿਨ ਦੀ ਹੋ ਜਾਂਦੀ ਹੈ। ਉਹਦੇ ਤੋਂ ਬਾਅਦ ਫਿਰ ਜਿਹੜੇ ਦੋਸਤ ਨਾਈਟਰੋ ਜਾਂ DAP ਯੂਜ਼ ਕਰਦੇ ਨੇ ਉਹ ਕਰਦੇ ਨੇ, ਉਹਦੇ ਤੋਂ 15-20 ਦਿਨ ਬਾਅਦ ਫਿਰ ਦੁਬਾਰਾ ਉਸਨੂੰ ਜ਼ਿੰਕ ਦੇਈ ਦੀਏ। ਦੋਸਤੋ ਇੱਥੇ ਦੋਸਤਾਂ ਦੇ ਗੋਸ਼ਗੁਜ਼ਾਰ ਇੱਕ ਗੱਲ ਜ਼ਰੂਰੀ ਸਮਝਣਾ ਵੀ ਜਿਹੜੀ DAP ਜਾਂ ਨਾਈਟਰੋ ਹੈ, ਕਿਉਂਕਿ ਇਹਦੇ ਵਿੱਚ ਫਾਸਫੋਰਸ ਹੁੰਦੀ ਹੈ, ਇਸ ਦੇ ਨਾਲ ਜ਼ਿੰਕ ਕਦੀ ਵੀ ਮਿਕਸ ਨਹੀਂ ਕਰੀਦੀ, ਕ੍ਰਾਸ ਫਾਰਮੂਲਾ ਹੋ ਜਾਂਦਾ, ਨਾ ਫਾਸਫੋਰਸ ਅਸਰ ਕਰਦੀ ਹੈ ਫਿਰ ਔਰ ਨਾ ਜ਼ਿੰਕ ਅਸਰ ਕਰਦੀ ਹੈ। ਅਤੇ ਤਕਰੀਬਨ 15-20 ਦਿਨ ਦਾ ਗੈਪ ਦੇਣਾ ਚਾਹੀਦਾ ਅਗਰ ਤੁਸੀਂ ਫਾਸਫੋਰਸ ਯੂਜ਼ ਕਰ ਰਹੇ ਹੋ, ਅਤੇ ਉਹਦੇ ਤੋਂ ਬਾਅਦ ਫਿਰ 15-20 ਦਿਨ ਦੇ ਗੈਪ ਤੋਂ ਬਾਅਦ ਇਸਨੂੰ ਜ਼ਿੰਕ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਕੋਈ ਦੋਸਤ ਲਿਕੁਇਡ ਜ਼ਿੰਕ ਵੀ ਯੂਜ਼ ਕਰਦੇ ਨੇ, ਕੁਝ 21% ਯੂਜ਼ ਕਰਦੇ ਨੇ, ਕੋਈ 33% ਯੂਜ਼ ਕਰਦੇ ਨੇ। ਅਤੇ ਇਸ ਹਵਾਲੇ ਨਾਲ ਆਪਣੇ ਜੇਬ 'ਤੇ ਔਰ ਆਪਣੀ ਮਰਜ਼ੀ 'ਤੇ ਡਿਪੈਂਡ ਕਰਦਾ ਪਾਣੀ, ਕਿਉਂਕਿ ਮੁੰਜੀ ਦੇ ਖੇਤ 'ਚ ਹਰ ਵਕਤ ਰਹਿਣਾ ਚਾਹੀਦਾ। ਹੁਣ ਤੁਸੀਂ ਮੌਸਮ ਵੇਖਦੇ ਹੋ ਕਿ ਬੱਦਲ ਬਣੇ ਆ, ਇਸ ਵਜ੍ਹਾ ਤੋਂ ਫਿਰ ਅੱਜ ਅਸਾਂ ਵੀ ਪਾਣੀ ਨਹੀਂ ਲਾਇਆ, ਕਿਉਂਕਿ ਇੰਤਜ਼ਾਰ ਵਿੱਚ ਆ ਕਿ ਅਗਰ ਅੱਲਾਹ ਪਾਕ ਦੀ ਰਹਿਮਤ ਹੋ ਜੇ, ਨਾ ਹੋਈ ਤਾਂ ਫਿਰ ਤੁਹਾਨੂੰ ਪਤਾ ਡੇਲੀ ਬੇਸਿਸ 'ਤੇ ਪਾਣੀ ਪਾਉਣਾ ਪੈਂਦਾ ਮੁੰਜੀ ਵਿੱਚ। ਉਹਦੇ ਤੋਂ ਬਾਅਦ ਦੋਸਤੋ ਜਦੋਂ ਅਸੀਂ ਜ਼ਿੰਕ, ਯੂਰੀਆ ਔਰ ਸਲਫਰ ਦੇ ਲਈ ਦੀ ਫਸਲ ਨੂੰ, ਫਿਰ ਅਗਲੀ ਸਟੇਜ ਆ ਜਾਂਦੀ ਹੈ ਗੱਬੇ ਦੀ ਸੁੰਡੀ ਦੀ, ਕਿਉਂਕਿ ਮੁੰਜੀ ਉਹਦੇ ਤੋਂ ਬਾਅਦ ਗੱਬਾ 'ਚ ਆਉਣ ਲੱਗ ਪੈਂਦੀ ਹੈ, ਅਤੇ ਫੌਰੀ ਤੌਰ 'ਤੇ ਦਾਣੇਦਾਰ ਜ਼ਹਿਰ ਜਿਹੜਾ ਇਹਦੇ ਵਿੱਚ ਪਾਈਦਾ ਤਾਂ ਕਿ ਗੱਬੇ ਦੀ ਸੁੰਡੀ ਨੂੰ ਕੰਟਰੋਲ ਕੀਤਾ ਜਾ ਸਕੇ। ਉਹਦੇ ਤੋਂ ਬਾਅਦ ਜਦੋਂ ਮੁੰਜਰ ਬਾਹਰ ਆ ਜਾਂਦੀ ਹੈ ਫਿਰ ਉੱਥੇ ਅਟੈਕ ਹੁੰਦਾ ਟੋਕੇ ਦਾ, ਕੋਈ ਦੋਸਤ ਘੋੜਾ ਆਉਂਦੇ ਨੇ ਉਸਨੂੰ, ਕੋਈ ਟੋਕਾ ਆਉਂਦੇ ਨੇ, ਕੋਈ ਟਿੱਡਾ ਆਉਂਦੇ ਨੇ, ਉੱਥੇ ਫਿਰ ਇਸ ਨੂੰ ਸਪਰੇ ਮਸਟ ਹੋ ਜਾਂਦਾ। ਉਹਦੇ ਵਿੱਚ ਫਿਰ ਕੋਈ ਦੋਸਤ ਨਾਲ NPK ਪਾ ਲੈਂਦੇ ਨੇ ਲੈਮਡਾ ਦੇ ਨਾਲ, ਕਿਉਂਕਿ ਲੈਮਡਾ ਜਿਹੜਾ ਉਹ ਕੀੜੇ ਮਾਰ ਹੈ, ਅਤੇ ਨਾਲ ਕੁਝ NPK ਪਾ ਲੈਂਦੇ ਨੇ ਉਹਦੀ ਬਿਹਤਰ ਨਸ਼ਨੁਮਾ ਵਾਸਤੇ, ਫਲ ਨੂੰ ਸਿਹਤਮੰਦ ਰੱਖਣ ਵਾਸਤੇ। ਨਾਲ ਬਲਾਸਟ ਦਾ ਹੁੰਦਾ ਖਤਰਾ, ਅਤੇ ਉਹਦੇ ਵਾਸਤੇ ਕੋਈ ਵੀ ਅੱਛੀ ਫੰਜਸਾਈਡ ਯੂਜ਼ ਕਰੀਦੀ ਹੈ, ਜਿਹਦੇ ਵਿੱਚ ਕੁਝ ਦੋਸਤ ਥਾਇਓਫੈਨੇਟ ਪਾਉਂਦੇ ਨੇ, ਕੁਝ ਸਕੋਰ ਦਾ ਸਪਰੇ ਕਰਦੇ ਨੇ, ਇਹ 3 ਦਵਾਈਆਂ ਮਿਕਸ ਕਰਕੇ ਫਿਰ ਸਪਰੇ ਕਰੀਦੀਆਂ ਨੇ। ਉਹਦੇ ਤੋਂ ਬਾਅਦ ਫਿਰ ਸੁਪਰ ਫਾਈਨ ਤਿਆਰ ਹੋ ਜਾਂਦੀ ਹੈ, ਇਹੀ ਸੇਮ ਚੀਜ਼ ਸੁਪਰ ਦੀ ਵੀ ਹੈ, ਸੁਪਰ ਦਾ ਵੀ ਇਹੀ ਪਲੈਨ ਹੁੰਦਾ। ਲੇਕਿਨ ਸੁਪਰ ਦਾ ਇਹ ਹੁੰਦਾ ਕਿ ਜਿਹੜੀ ਸਪਰੇ ਅਸੀਂ ਮੁੰਜਰ ਨਿਕਲਣ ਤੋਂ ਬਾਅਦ ਇੱਕ ਵਾਰੀ ਕਰੀ ਦੀ ਹੈ ਸੁਪਰ ਫਾਈਨ ਮੁੰਜੀ 'ਤੇ, ਉਹ ਸੁਪਰ ਉੱਤੇ 2 ਵਾਰੀ ਕਰਨੀ ਪੈ ਜਾਂਦੀ ਹੈ, ਕਿਉਂਕਿ ਉਹਦੀ ਜ਼ਰਾ ਲਾਈਫ ਜ਼ਿਆਦਾ ਹੁੰਦੀ ਹੈ। ਇਸ 90 ਦਿਨ ਤੋਂ ਬਾਅਦ ਇਹਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਜਿਹੜੀ ਸਟੇਜਿਸ ਮੈਂ ਤੁਹਾਨੂੰ ਦੱਸੀਆਂ ਨੇ ਉਹਦੇ ਤੋਂ ਬਾਅਦ ਇਹ ਮੁੰਜੀ ਜਿਹੜੀ ਹੈ ਉਹ ਆਪਣੀ ਤਿਆਰੀ ਵਿੱਚ ਆ ਜਾਂਦੀ ਹੈ। ਇਹ ਦੋਸਤੋ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਜੀ, ਕਿ ਇਹ ਜਿਹੜੇ ਪੱਤੇ ਪੀਲੇ ਹੋਏ ਨੇ ਮੁੰਜੀ ਦੇ, ਇਹ ਸਾਡੇ ਕੁਝ ਦੋਸਤ ਪਰੇਸ਼ਾਨ ਹੋ ਜਾਂਦੇ ਨੇ ਕਿ ਅਸੀਂ ਯੂਰੀਆ ਵੀ ਪਾਈਏ ਫਿਰ ਵੀ ਸਾਡੀ ਮੁੰਜੀ ਪੀਲੀ ਪੈ ਗਈ ਹੈ। ਇਹ ਸਿਰਫ ਔਰ ਸਿਰਫ ਜ਼ਿੰਕ ਦੀ ਕਮੀ ਹੁੰਦੀ ਹੈ, ਜ਼ਿੰਕ ਦੀ ਕਮੀ ਦੀ ਵਜ੍ਹਾ ਤੋਂ ਪੱਤਾ ਇਸ ਕਲਰ ਦਾ ਹੋ ਜਾਂਦਾ, ਇਹ ਜ਼ੰਗ ਆਲੂਦ ਟਾਈਪ ਹੋਏ ਹੈ। ਅਤੇ ਇਹ ਜ਼ਿੰਕ ਦੀ ਜਦੋਂ ਇਸਨੂੰ ਡੋਜ਼ ਮਿਲਣੀ ਹੈ ਉਸ ਤੋਂ ਬਾਅਦ ਇਹ ਸੈੱਟ ਹੋ ਜਾਣਾ ਬਿਲਕੁਲ, ਕਿਉਂਕਿ ਇਹਨੂੰ ਫਾਸਫੋਰਸ ਅੱਗੇ ਦਿੱਤੀ ਹੈ, DAP ਦਿੱਤੀ ਹੈ,
ਇਸ ਵਜ੍ਹਾ ਤੋਂ 15 ਤੋਂ 20 ਦਿਨ ਦਾ ਗੈਪ ਦੇਣਾ, ਉਹਦੇ ਤੋਂ ਬਾਅਦ ਫਿਰ ਜ਼ਿੰਕ ਜਿਹੜੀ ਉਹ ਯੂਰੀਆ ਦੇ ਨਾਲ ਇਸਨੂੰ ਦੇਣੀ ਹੈ, ਨਾਲ ਸਲਫਰ ਦੇਣਾ, ਅਤੇ ਇਸ ਬਿਹਤਰੀਨ ਹੋ ਜਾਣਾ। ਔਰ ਇਹ ਹੀ ਅੱਜ ਸਾਡਾ ਮਕਸਦ ਆਈ ਕਿ ਮੁੰਜੀ ਦੇ ਬਾਰੇ 'ਚ ਅੱਜ ਅਸੀਂ ਗੱਲ ਕਰੀਏ ਕਿ ਇਸ ਦੀ ਕੀ ਬਿਮਾਰੀਆਂ ਨੇ। ਉਹ ਤੁਹਾਨੂੰ ਮੈਂ ਅੱਗੇ ਦੱਸ ਦਿੱਤਾ, ਕੋਈ ਐਡੀ ਖਾਸ ਬਿਮਾਰੀ ਨਹੀਂ ਇਹਦੀ, ਸਿਰਫ ਇਸ ਨੂੰ ਜ਼ਿੰਕ ਦੀ ਕਮੀ ਹੁੰਦੀ ਹੈ। ਔਰ ਉਸ ਤੋਂ ਇਲਾਵਾ ਜਿਹੜਾ ਗੱਭੇ ਦੀ ਸੁੰਡੀ ਦਾ ਧਿਆਨ ਰੱਖੀਦਾ, ਪੱਤਾ ਲਪੇਟ ਇਸ ਨੂੰ ਬਹੁਤ ਘੱਟ ਪੈਂਦੀ ਹੈ, ਬਹੁਤ ਘੱਟ, ਮੌਸਮੀ ਹਾਲਾਤ 'ਤੇ ਡਿਪੈਂਡ ਕਰਦਾ, ਕਿਉਂਕਿ ਸੁਪਰਫਾਈਨ ਮੁੰਜੀ ਹੈ, ਸੁਪਰਫਾਈਨ ਨੂੰ ਪੱਤਾ ਲਪੇਟ ਦੇ ਮੌਸਮ ਤੋਂ ਪਹਿਲੇ ਹੀ ਤਕਰੀਬਨ ਜਿਹੜਾ ਉਹਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਔਰ ਅਗਰ ਪੱਤਾ ਲਪੇਟ ਪਵੇ ਵੀ ਤਾਂ ਇਹ ਉਸ ਸਟੇਜ 'ਤੇ ਹੁੰਦੀ ਹੈ ਜਿਸ ਟਾਈਮ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਬਲਾਸਟ ਦਾ ਔਰ ਟੋਕੇ ਦਾ ਸਪਰੇਅ ਕਰੀਦਾ, ਅਤੇ ਉਸ ਟਾਈਮ ਫਿਰ ਆਟੋਮੈਟਿਕਲੀ ਪੱਤਾ ਲਪੇਟ ਵੀ ਕੰਟਰੋਲ ਹੋ ਜਾਂਦੀ ਹੈ ਅਗਰ ਪੱਤਾ ਲਪੇਟ ਇਸ ਨੂੰ ਪੈ ਜੇ ਤਾਂ। ਵੈਸੇ ਮੋਸਟਲੀ ਪੱਤਾ ਲਪੇਟ ਜਿਹੜੀ ਹੈ ਉਹ ਸੁਪਰਫਾਈਨ ਮੁੰਜੀ ਨੂੰ ਪੈਂਦੀ ਨਹੀਂ, ਉਹ ਜਿਹੜੀ ਲੇਟ ਮੁੰਜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਾਇਨਾਤ ਹੈ ਸੁਪਰ ਹੈ, ਉਹਨਾਂ ਮੁੰਜੀਆਂ 'ਤੇ ਜ਼ਿਆਦਾ ਅਟੈਕ ਹੁੰਦਾ ਪੱਤਾ ਲਪੇਟ ਦਾ। ਇਹਦੇ ਨਾਲ ਹੀ ਦੋਸਤੋ ਇਜਾਜ਼ਤ, ਔਰ ਨਾਲ ਹੀ ਦੁਬਾਰਾ ਮੇਰੀ ਰਿਕੁਐਸਟ ਕਿ ਸਾਡੇ ਯੂਟਿਊਬ ਚੈਨਲ ਫਾਰਮਿੰਗ ਵਿਦ ਆਮਿਰ ਯਾਕੂਬ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਬਣੇ ਘੰਟੀ ਦੇ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਵੀਡੀਓ ਵੇਖਣ ਤੋਂ ਬਾਅਦ ਅੱਗੇ ਸ਼ੇਅਰ ਕਰ ਦਿੱਤਾ ਕਰੋ ਤਾਂ ਕਿ ਜਿਹੜੇ ਦੋਸਤ ਸਾਡੇ ਫਾਰਮਿੰਗ ਦਾ ਸ਼ੌਕ ਰੱਖਦੇ ਉਹਨਾਂ ਤੱਕ ਇਹ ਸਾਰੀ ਮਾਲੂਮਾਤ ਪਹੁੰਚ ਜਾਣ। ਇਹਦੇ ਨਾਲ ਹੀ ਦੋਸਤੋ ਇਜਾਜ਼ਤ ਦਿਓ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਜੇ। ਬਹੁਤ ਬਹੁਤ ਸ਼ੁਕਰੀਆ ਸਭ ਦੋਸਤਾਂ ਦਾ, ਖੁਸ਼ ਰਹੋ, ਆਬਾਦ ਰਹੋ, ਅੱਲਾ ਹਾਫਿਜ਼।